ਲਓ ਵੀ ਮਿੱਤਰ ਪਿਆਰਿਓ, ਆ ਨਵਾਂ ਮੁੱਦਾ ਉੱਠ ਪਿਆ ਅਤੇ ਹੁਣ ਕੈਪਟਨ ਅਮਰਿੰਦਰ ਤੋਂ ਲੈ ਕੇ ਰਾਜਾ ਵੜਿੰਗ ਅਤੇ ਬੀਬੀ ਭੱਠਲ ਤੱਕ ਸਾਰੇ 17 ਕਾਂਗਰਸੀਆਂ ਦੀ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਨੂੰ ਕਰ ਦਿੱਤੀ ਗਈ ਹੈ ਅਤੇ ਮੁੱਦਾ ਉਹੀ ਹੈ ਜਿਹੜਾ ਸੁਖਬੀਰ ਬਾਦਲ 'ਤੇ ਉੱਠਿਆ ਹੋਇਆ, ਜਿਹਦੇ 'ਚ ਸੁਖਬੀਰ ਬਾਦਲ ਕੜਿੱਕੀ 'ਚ ਫਸਿਆ ਪਿਆ ਅਤੇ ਇਸ ਮੁੱਦੇ ਦੇ ਤੱਥ ਸਬੂਤ ਦੇਣ ਦੀ ਕੋਸ਼ਿਸ਼ ਵੀ ਸ਼ਿਕਾਇਤ ਕਰਨ ਵਾਲਿਆਂ ਨੇ ਕੀਤੀ ਹੈ। ਇਹ ਸ਼ਿਕਾਇਤ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕੀਤੀ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਅਤੇ ਐਡਵੋਕੇਟ ਪਰਮਿੰਦਰ ਸਿੰਘ ਟੀਂਗਰਾ ਨੇ ਕੀਤੀ ਹੈ। ਉਹਨਾਂ ਨੇ ਕਿਹਾ ਵੀ ਜਿਵੇਂ ਸੁਖਬੀਰ ਬਾਦਲ ਜਿਹੜਾ ਹੈ ਉਹਦੇ ਉੱਪਰ ਡੇਰਾ ਸਰਸਾ ਵਾਲੇ ਨਾਲ ਸੰਬੰਧਿਤ ਵਿਵਾਦ ਉੱਠਿਆ ਅਤੇ ਉਹਨੂੰ ਤਨਖਾਹੀਆ ਕਰਾਰ ਦਿੱਤਾ ਗਿਆ, ਇਸੇ ਹੀ ਤਰ੍ਹਾਂ 17 ਕਾਂਗਰਸ ਦੇ ਵੱਡੇ ਲੀਡਰਾਂ ਨੇ ਵੀ ਸਰਸੇ ਡੇਰੇ ਜਾ ਕੇ ਅਤੇ ਸ਼ਿਕਾਇਤ ਦੇ ਵਿੱਚ ਲਿਖਿਆ ਗਿਆ ਕਿ ਉੱਥੇ ਗੋਡਣੀਆਂ ਪਾਰ ਹੋ ਕੇ ਲੰਮੇ ਪੈ ਕੇ ਅਤੇ ਸਰਸੇ ਡੇਰੇ ਦੇ ਮੁਖੀ ਨੂੰ ਵੋਟਾਂ ਪਵਾਉਣ ਦੇ ਲਈ ਉਹਦੇ ਕੋਲ ਇਹ ਜਾਂਦੇ ਰਹੇ ਹੈ। ਹੁਣ ਮੈਂ ਤੁਹਾਨੂੰ ਪਹਿਲਾਂ ਲਿਸਟ ਸੁਣਾ ਦਿਆਂ, ਬਾਅਦ 'ਚ ਬਾਕੀ ਚਰਚਾ ਆਪਾਂ ਅੱਗੇ ਕਰਾਂਗੇ ਵੀ ਇਹ ਸ਼ਿਕਾਇਤ ਸਹੀ ਹੈ ਕਿ ਗਲਤ ਹੈ, ਇਹਦੀ ਗੱਲ ਆਪਾਂ ਕਰਦੇ ਹਾਂ। ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਵੀ ਸ਼ਿਕਾਇਤ ਕੀਤੀ ਕਿਹਦੀ ਕੀਤੀ ਗਈ ਹੈ। ਸਿੱਖ ਸਟੂਡੈਂਟ ਫੈਡਰੇਸ਼ਨ ਨੇ ਸ਼ਿਕਾਇਤ ਕੀਤੀ ਹੈ। ਪਹਿਲੇ ਨੰਬਰ 'ਤੇ ਨਾਂ ਕੈਪਟਨ ਅਮਰਿੰਦਰ ਸਿੰਘ, ਸਾਬਕਾ ਮੁੱਖ ਮੰਤਰੀ ਪੰਜਾਬ ਦਾ, ਭਾਵੇਂ ਅੱਜ ਕੱਲ੍ਹ ਉਹ BJP ਚਲੇ ਗਏ ਨੇ। ਦੂਜਾ ਨਾਮ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ, ਜਿਹੜੇ ਪ੍ਰਧਾਨ ਹੈ ਕਾਂਗਰਸ ਕਮੇਟੀ ਦੇ। ਤੀਜਾ ਨਾਂ ਹੈ ਕੁਸ਼ਲਦੀਪ ਸਿੰਘ ਢਿੱਲੋਂ, ਜਿਹੜੇ ਪਹਿਲਾਂ ਅਕਾਲੀ ਦਲ 'ਚ ਹੁੰਦੇ ਸੀ ਅਤੇ ਫਰੀਦਕੋਟ ਤੋਂ ਹੁਣ ਉਹ ਕਾਂਗਰਸ 'ਚ ਨੇ, ਗ੍ਰੀਨ ਬੱਸ ਵਾਲੇ। ਅੱਗੇ ਹੈ ਬੀਬੀ ਰਜਿੰਦਰ ਕੌਰ ਭੱਠਲ, ਇਹ ਵੀ ਸਾਬਕਾ ਮੁੱਖ ਮੰਤਰੀ ਰਹੀ ਹੈ ਕਾਂਗਰਸ ਦੀ। ਅੱਗੇ ਹੈ ਦਰਸ਼ਨ ਸਿੰਘ ਬਰਾੜ, ਸਾਬਕਾ ਮੰਤਰੀ ਪੰਜਾਬ। ਅੱਗੇ ਹੈ ਕੇਵਲ ਸਿੰਘ ਢਿੱਲੋਂ, ਸਾਬਕਾ MLA। ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਪੰਜਾਬ। ਕਾਕਾ ਰਣਦੀਪ ਸਿੰਘ ਨਾਭਾ, ਸਾਬਕਾ ਮੰਤਰੀ ਪੰਜਾਬ। ਕਰਨ ਕੌਰ ਬਰਾੜ, ਸਾਬਕਾ ਵਿਧਾਇਕ। ਅਜੈਬ ਸਿੰਘ ਪੱਟੀ, ਸਾਬਕਾ ਡਿਪਟੀ ਸਪੀਕਰ ਪੰਜਾਬ। ਅਭੈ ਇੰਦਰ ਸਿੰਘ ਮੋਫਰ, ਸਾਬਕਾ ਵਿਧਾਇਕ। ਅੱਗੇ ਹੈ ਰਾਹੁਲ ਸਿੰਘ ਸਿੱਧੂ, ਕਾਂਗਰਸੀ ਆਗੂ। ਅੱਗੇ ਹੈ ਡਾਕਟਰ ਅਮਰ ਸਿੰਘ, ਸਾਬਕਾ MP ਕਾਂਗਰਸ। ਅੱਗੇ ਹੈ ਗੁਰਪ੍ਰੀਤ ਸਿੰਘ ਕਾਂਗੜ, ਸਾਬਕਾ MLA। ਅੱਗੇ ਹੈ ਹਰਮਿੰਦਰ ਸਿੰਘ ਗਿੱਲ, ਸਾਬਕਾ MLA। ਅੱਗੇ ਹੈ ਜੀਤ ਮਹਿੰਦਰ ਸਿੰਘ ਸਿੱਧੂ, ਸਾਬਕਾ MLA। ਇਹਨਾਂ ਸਾਰਿਆਂ ਦੀ ਸ਼ਿਕਾਇਤ ਕੀਤੀ ਗਈ ਹੈ ਅਤੇ ਸ਼ਿਕਾਇਤ 'ਚ ਲਿਖਿਆ ਗਿਆ ਵੀ ਇਹ ਸਾਰੇ ਵੀ ਸਰਸਾ ਡੇਰੇ ਜਾਂਦੇ ਰਹੇ ਨੇ ਔਰ ਉੱਥੇ ਸਿਰਫ ਵੋਟਾਂ ਦੇ ਲਈ ਜਾ ਕੇ ਅਤੇ ਉੱਥੇ ਇਹ ਗੋਡਿਆਂ ਪਰਨੇ ਹੋ ਕੇ ਅਤੇ ਉਹ ਡੇਰੇ ਦੇ ਸੰਚਾਲਕ ਨੂੰ ਮੱਥੇ ਟੇਕਦੇ ਰਹੇ ਨੇ ਸਿਰਫ ਵੋਟਾਂ ਦੀ ਖਾਤਰ। ਅਤੇ ਉਹ ਸ਼ਿਕਾਇਤ ਦੇ ਵਿੱਚ ਇਹ ਲਿਖਿਆ ਗਿਆ ਕਿ ਉਹ ਡੇਰਾ ਮੁਖੀ ਜਿਹਦੇ ਉੱਪਰ ਇੰਨੇ ਵੱਡੇ ਦੋਸ਼ ਨੇ ਉਹ ਜੇਲ੍ਹ 'ਚ ਬੰਦ ਹੈ, ਜਿਹਦੇ ਸੰਬੰਧਾਂ ਕਾਰਨ ਸੁਖਬੀਰ ਸਿੰਘ ਬਾਦਲ ਜਿਹੜਾ ਉਹ ਇਸ ਟਾਈਮ ਤਨਖਾਹੀਆ ਕਰਾਰ ਦਿੱਤਾ ਗਿਆ ਜਿਹਨੂੰ ਮਾਫ਼ੀ ਦੇਣ ਦੇ ਮਾਮਲੇ 'ਚ, ਤਾਂ ਉਸੇ ਹੀ ਡੇਰਾ ਮੁਖੀ ਦੇ ਨਾਲ ਇਹਨਾਂ ਦੇ ਵੀ ਸੰਬੰਧ ਸੀ, ਇਹ ਉੱਥੇ ਜਾਂਦੇ ਰਹੇ ਨੇ। ਦੇਖੋ ਇਹਨਾਂ ਦੀ ਜਿਹੜੀ ਇਹ ਸ਼ਿਕਾਇਤ ਅਕਾਲ ਤਖ਼ਤ ਸਾਹਿਬ ਕੋਲ ਗਈ ਹੈ,
ਇਹਦੇ 'ਤੇ ਅਕਾਲ ਤਖ਼ਤ ਸਾਹਿਬ ਨੇ ਸੋਚਣਾ, ਵਿਚਾਰਨਾ, ਫੈਸਲਾ ਕਰਨਾ ਅਤੇ ਸਜ਼ਾ ਦੇਣੀ ਹੈ। ਪਰ ਇੱਥੇ ਕੁਝ ਗੱਲਾਂ ਨੇ ਜਿਹੜੀਆਂ ਆਪਾਂ ਵਿਚਾਰਨੀਆਂ ਨੇ। ਪਹਿਲੀ ਗੱਲ ਵੀ ਕੀ ਇਹ ਸ਼ਿਕਾਇਤ ਜਿਹੜੀ ਕੀਤੀ ਗਈ ਹੈ ਸੱਚੀ ਹੈ ਜਾਂ ਬਿਲਕੁਲ ਝੂਠੀ ਹੈ? ਕੀ ਇਹ ਜਿਹੜੇ ਕਾਂਗਰਸ ਵਾਲੇ ਨੇ ਇਹ ਵੀ ਡੇਰੇ ਸਰਸੇ ਜਾਂਦੇ ਰਹੇ ਨੇ? ਸ਼ਿਕਾਇਤ ਇਸ ਕਰਕੇ ਕੀਤੀ ਗਈ ਹੈ ਵੀ ਇਹ ਕਾਂਗਰਸ ਵਾਲੇ ਵੀ ਆਪਣੇ ਆਪ ਨੂੰ ਸਿੱਖ ਕਹਾਉਂਦੇ ਨੇ, ਆਪਣੇ ਨਾਵਾਂ ਨਾਲ ਸਿੰਘ ਲਾਉਂਦੇ ਨੇ ਅਤੇ ਸਿੱਖੀ ਸਰੂਪ ਮੰਨਦੇ ਨੇ ਅਤੇ ਪਰ ਫਿਰ ਵੀ ਇਹਨਾਂ ਨੇ ਉਹਦੇ ਅੱਗੇ ਜਾ ਕੇ ਇਹ ਗੋਡੇ ਟੇਕਦੇ ਰਹੇ ਨੇ। ਇਸ ਕਰਕੇ ਇਹਨਾਂ ਨੂੰ ਵੀ ਅਕਾਲ ਤਖ਼ਤ ਦੇ ਹੁਕਮਨਾਮਿਆਂ ਦੇ ਉਲੰਘਣ ਦੇ ਦੋਸ਼ੀ ਮੰਨਿਆ ਜਾਵੇ ਅਤੇ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਹੁਣ ਸਵਾਲ ਇਹ ਹੈ ਕਿ ਕੀ ਇਹ ਸ਼ਿਕਾਇਤ ਸੱਚੀ ਹੈ? ਦੇਖੋ, ਸਿੱਧੀ ਅਤੇ ਸਾਫ਼ ਗੱਲ ਹੈ, ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਮੌਕਾ ਪ੍ਰਸਤ ਲੀਡਰ ਨੇ ਉਹ ਸਾਰੇ ਹੀ ਕਿਸੇ ਵੀ ਹੱਦ ਤੱਕ ਜਾਂਦੇ ਨੇ ਵੋਟਾਂ ਦੇ ਦਿਨਾਂ 'ਚ। ਅੱਗੇ ਪਿੱਛੇ ਉਹ ਕਿਸੇ ਦੀ ਢੂਈ ਨਹੀਂ ਮਾਰਦੇ, ਨੇੜੇ ਨਹੀਂ ਲੱਗਣ ਦਿੰਦੇ। ਵੋਟਾਂ ਦੇ ਦਿਨਾਂ 'ਚ ਗਧੇ ਨੂੰ ਵੀ ਬਾਪ ਜਿਹੜੀ ਮੌਕਾ ਪ੍ਰਸਤੀ ਦੀ ਸਿਆਸਤ ਆ ਉਹ ਕਹਿੰਦੀ ਆ। ਅਤੇ ਇਸੇ ਹੀ ਤਰ੍ਹਾਂ ਸਾਰੀਆਂ ਪਾਰਟੀਆਂ ਦੇ ਕਾਫੀ ਗਿਣਤੀ ਵੋਟ ਵਟੋਰਨ ਵਾਲੇ ਜਿਹੜੇ ਨੇਤਾ ਨੇ ਉਹ ਵੱਖ ਵੱਖ ਥਾਵਾਂ ਤੋਂ ਕੋਈ ਵੀ ਹੱਥਕੰਡਾ ਵਰਤ ਕੇ ਵੋਟਾਂ ਇਕੱਠੀਆਂ ਕਰਦੇ ਨੇ ਸਾਰੀਆਂ ਹੀ ਪਾਰਟੀਆਂ ਦੇ। ਮੈਨੂੰ ਤਾਂ ਲੱਗਦਾ ਚਾਹੇ ਉਹ ਡੇਰਾ ਸਰਸਾ ਹੋਵੇ ਚਾਹੇ ਕੋਈ ਡੇਰਾ ਹੋਰ ਹੋਵੇ, ਸਾਰੀਆਂ ਪਾਰਟੀਆਂ ਦੇ ਆਪਣੇ ਨਾਵਾਂ ਦੇ ਨਾਲ ਸਿੰਘ ਲਾਉਣ ਵਾਲੇ, ਆਪਣੇ ਆਪ ਨੂੰ ਸਿੱਖ ਕਹਾਉਣ ਵਾਲੇ ਉਹ ਡੇਰਿਆਂ 'ਤੇ ਜਾਂਦੇ ਨੇ, ਉੱਥੇ ਨਤਮਸਤਕ ਹੁੰਦੇ ਨੇ, ਗੋਡੇ ਵੀ ਰਗੜਦੇ ਨੇ, ਲੰਮੇ ਪੈ ਪੈ ਵੀ ਮੱਥੇ ਟੇਕਦੇ ਨੇ। ਫੋਟੋਆਂ ਵੀ ਬਹੁਤ ਵਾਰ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਅਤੇ ਕਾਂਗਰਸ ਦੇ ਵੀ ਕਾਫੀ ਜਿਹੜੇ ਆਗੂ ਡੇਰਾ ਸਰਸਾ ਅਤੇ ਹੋਰ ਥਾਵਾਂ 'ਤੇ ਜਾਂਦੇ ਨਜ਼ਰ ਆਏ ਨੇ। ਜੇ ਤਾਂ ਗੁਰਮਤਿ ਦੇ ਅਨੁਸਾਰ ਇਹ ਜਿਹੜੇ ਦੇਹਧਾਰੀ ਗੁਰੂ ਡੰਮ ਬਣੇ ਨੇ, ਜੇ ਤਾਂ ਗੁਰਮਤਿ ਦੇ ਅਨੁਸਾਰ ਇਹ ਠੀਕ ਨੇ, ਇਹ ਵਾਕਿਆ ਹੀ ਕੋਈ ਕਰਨੀ ਦੇ ਮਾਲਕ ਨੇ, ਫਿਰ ਇਹਨਾਂ ਨੂੰ ਮੰਨ ਲਓ। ਪਰ ਜੇ ਗੁਰੂਮਤ ਕਹਿੰਦੀ ਹੈ, ਜੇ ਹੁਕਮਨਾਮੇ ਕਹਿੰਦੇ ਨੇ ਕਿ ਗੁਰੂ ਮਾਨਿਓ ਗ੍ਰੰਥ, ਤਾਂ ਫਿਰ ਇਹਨਾਂ ਜਿਹੜੇ ਆਪਣੇ ਆਪ ਨੂੰ ਗੁਰੂ ਬਣਾ ਕੇ ਬੈਠੇ ਨੇ ਉਹਨਾਂ ਦੇ ਡੇਰਿਆਂ 'ਤੇ ਜਾਣਾ, ਉੱਥੇ ਵੋਟਾਂ ਦੀ ਖਾਤਰ ਮੱਥੇ ਰਗੜਨੇ, ਵੋਟਾਂ ਦੀ ਖਾਤਰ ਉਹਨਾਂ ਨਾਲ ਸੈਟਿੰਗਾਂ ਕਰਨੀਆਂ, ਇਹ ਮੈਨੂੰ ਲੱਗਦਾ ਕਿ ਇਹ ਫਿਰ ਗਲਤ ਗੱਲ ਹੈ। ਤਾਂ ਫਿਰ ਉਹ ਸਾਰੇ ਹੀ ਗੁਨਾਹਗਾਰ ਨੇ ਜਿਹੜੇ ਇੰਜ ਕਰਦੇ ਨੇ। ਹੁਣ ਬੀਜੇਪੀ ਨੇ ਕੀ ਕੀਤਾ, ਹਰਿਆਣੇ 'ਚ ਵੋਟਾਂ ਆ ਗਈਆਂ ਤਾਂ ਬੀਜੇਪੀ ਨੇ ਉੱਥੇ ਜਿਹੜਾ ਸਰਸਾ ਡੇਰੇ ਦੇ ਮੁਖੀ ਨੂੰ ਜੇਲ੍ਹ ਦੇ ਵਿੱਚੋਂ 11 ਵਾਰ ਛੁੱਟੀ ਪਰੋਲ ਦੇ ਕੇ ਬਾਹਰ ਕੱਢਿਆ ਗਿਆ ਅਤੇ ਜਿਹੜੇ ਜੇਲਰ ਸੁਨੀਲ ਸਾਗਵਾਨ ਨੇ 6 ਵਾਰ ਉਹਨੂੰ ਪਰੋਲ ਛੁੱਟੀ ਦਿੱਤੀ ਡੇਰਾ ਸਰਸਾ ਦੇ ਮੁਖੀ ਨੂੰ, ਉਹਨੂੰ ਬੀਜੇਪੀ ਨੇ ਟਿਕਟ ਦੇ ਕੇ ਉਮੀਦਵਾਰ ਖੜ੍ਹਾ ਕੀਤਾ ਚਰਖੀ ਦਾਦਰੀ ਤੋਂ। ਹੁਣ ਸਵਾਲ ਇਹ ਹੈ ਕਿ ਕੀ ਇਹ ਉਹ ਸਰਸੇ ਦੇ ਡੇਰਾ ਮੁਖੀ ਨਾਲ ਸੈਟਿੰਗ ਹੈ ਕਿ ਸੈਟਿੰਗ ਤੋਂ ਬਿਨਾਂ ਹੈ? ਇਹ ਬਹੁਤ ਵੱਡਾ ਸ਼ੱਕ ਹੈ ਵੀ ਸੈਟਿੰਗ ਤਾਂ ਹੋਊਗੀ, ਸੈਟਿੰਗ ਕਰਕੇ ਹੀ ਉਹ ਪਹਿਲਾਂ ਛੁੱਟੀਆਂ ਦਿੰਦਾ ਰਿਹਾ ਜੇਲ੍ਹ 'ਚੋਂ ਅਤੇ ਅੱਜ ਫਿਰ ਉਹਨੂੰ ਜਿਤਾਉਣ ਦੇ ਲਈ ਵੋਟਾਂ ਪੁਆਈਆਂ ਜਾਣਗੀਆਂ। ਇਹ ਸੈਟਿੰਗਾਂ ਇੱਦਾਂ ਦੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ। ਸਰਸਾ ਡੇਰੇ ਦਾ ਤਾਂ ਇੱਕ ਰਾਜਨੀਤਿਕ ਵਿੰਗ ਵੀ ਬਣਿਆ ਹੋਇਆ ਸੀਗਾ, ਜਿਹੜਾ ਰਾਜਨੀਤਿਕ ਵਿੰਗ ਵੋਟਾਂ ਦੇ ਦਿਨਾਂ 'ਚ ਬਹੁਤ ਐਕਟਿਵ ਹੋ ਜਾਂਦਾ ਸੀ ਅਤੇ ਫਿਰ ਉਹ ਫੈਸਲਾ ਕਰਦਾ ਸੀ ਵੀ ਸਾਡੀ ਜਿਹੜੀ ਵੋਟ ਹੈ ਡੇਰੇ ਨਾਲ ਜੁੜੀ ਉਹ ਕਿਹੜੀ ਪਾਰਟੀ ਨੂੰ ਪਵੇਗੀ।
ਅਤੇ ਉਹ ਕੋਈ ਪਾਰਟੀਆਂ ਦੇ ਕੰਮ ਵੇਖ ਕੇ ਫੈਸਲੇ ਨਹੀਂ ਸੀ ਹੁੰਦੇ। ਉਹ ਫੈਸਲੇ ਕਿਵੇਂ ਹੁੰਦੇ ਸੀ? ਤੁਸੀਂ ਸਾਰੇ ਸਿਆਣੇ ਹੋ, ਸਮਝਦਾਰ ਹੋ, ਮੈਂ ਤਾਂ ਕਮਲਾ ਜਿਹਾ ਬੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਵੀ ਕਿਵੇਂ ਹੁੰਦੇ ਹੋਣਗੇ। ਤਾਂ ਹੁਣ ਆਹ ਜਿਹੜਾ ਸ਼ਿਕਾਇਤ ਕਾਂਗਰਸ ਵਾਲਿਆਂ ਦੀ ਕੀਤੀ ਗਈ ਆ, ਮੈਨੂੰ ਲੱਗਦਾ ਅਕਾਲ ਤਖ਼ਤ ਸਾਹਿਬ ਨੂੰ ਇਹਦੇ ਉੱਪਰ ਵੀ ਲਾਜ਼ਮੀ ਗੌਰ ਕਰਨਾ ਚਾਹੀਦਾ, ਫੈਸਲਾ ਲੈਣਾ ਚਾਹੀਦਾ। ਸੁਖਬੀਰ ਬਾਦਲ ਹੋਰਾਂ ਨੇ ਵੀ ਬਹੁਤ ਕੁਛ ਗਲਤ ਕੀਤਾ ਅਤੇ ਉਹ ਰਗੜੇ ਵੀ ਪਏ ਨੇ। ਉਹਨਾਂ ਨੇ ਤਾਂ ਅਰਦਾਸਾਂ ਵੀ ਕੀਤੀਆਂ ਸੀ, ਸੁਖਬੀਰ ਬਾਦਲ ਨੇ, ਬੀਬੀ ਹਰਸਿਮਰਤ ਬਾਦਲ ਹੋਰਾਂ ਨੇ, ਵੀ ਜੇਕਰ ਅਸੀਂ ਕੁਝ ਗਲਤ ਕੀਤਾ ਤਾਂ ਸਾਡਾ ਕੱਖ ਨਾ ਰਹੇ। ਅਤੇ ਅੱਜ ਉਹਨਾਂ ਦੀ ਪਾਰਟੀ ਦਾ ਕੱਖ ਨਹੀਂ ਰਿਹਾ। ਆ ਪਿਛਲੀਆਂ ਐੱਮ ਪੀ ਦੀਆਂ ਚੋਣਾਂ 'ਚ 13 ਐੱਮ ਪੀ ਜਿੱਤੇ ਪੰਜਾਬ 'ਚੋਂ, ਉਹਨਾਂ ਦਾ ਇੱਕ ਵੀ ਨਹੀਂ ਜਿੱਤਿਆ, ਮਤਲਬ ਕੱਖ ਨਹੀਂ ਰਿਹਾ। ਤਾਂ ਅਰਦਾਸ ਉਹਨਾਂ ਦੀ ਨੇੜੇ ਹੋ ਕੇ ਸੁਣੀ ਗਈ। ਹੁਣ ਅਗਲੀ ਗੱਲ ਰਹਿ ਗਈ ਇਹ ਜਿਹੜੇ ਕਾਂਗਰਸ ਵਾਲੇ ਆ ਇਹਨਾਂ ਦੀ, ਜਿਨ੍ਹਾਂ ਦੀ ਸ਼ਿਕਾਇਤ ਅੱਜ ਐੱਸ ਐੱਸ ਐੱਫ ਨੇ, ਸਿੱਖ ਸਟੂਡੈਂਟ ਫੈਡਰੇਸ਼ਨ ਨੇ ਕੀਤੀ ਹੈ। ਮੈਨੂੰ ਲੱਗਦਾ ਇਹਨਾਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ। ਜਾਂ ਤਾਂ ਇਹ ਆਪਣੇ ਆਪ ਨੂੰ ਕਹਿਣ ਵੀ ਅਸੀਂ ਗੁਰੂ ਨਾਨਕ ਜੀ ਦੇ, ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨਹੀਂ, ਅਤੇ ਜੇ ਹੈਗੇ ਨੇ ਆਪਣੇ ਆਪ ਨੂੰ ਮੰਨਦੇ ਨੇ ਕਿ ਅਸੀਂ ਉਹਨਾਂ ਗੁਰੂ ਸਾਹਿਬਾਨਾਂ ਦੇ ਸਿੱਖ ਹਾਂ, ਅਤੇ ਫਿਰ ਗੁਰਮਤ ਦੇ ਅਨੁਸਾਰ ਜਿਹੜੀ ਵੀ ਕਾਰਵਾਈ ਬਣਦੀ ਹੈ ਉਹ ਹੋਣੀ ਚਾਹੀਦੀ ਹੈ। ਹੁਣ ਦੇਖੋ ਵੋਟਾਂ ਵੇਲੇ ਬਾਪੂ ਕਹਿੰਦੇ ਮੁੜ ਕੇ ਸਾਡੀ ਸਾਰ ਨਾ ਲੈਂਦੇ, ਇਹ ਨਾਰਾ ਕੁਝ ਜਥੇਬੰਦੀਆਂ ਲਾਉਂਦੀਆਂ ਨੇ। ਕਿਉਂ ਲਾਉਂਦੀਆਂ ਨੇ? ਕਿਉਂਕਿ ਇਹ ਹੈ ਹੀ ਸੱਚ, ਆਮ ਲੋਕਾਂ ਕੋਲ ਸਿਰਫ ਵੋਟਾਂ ਵੇਲੇ ਜਾਂਦੇ ਨੇ, ਅੱਗੇ ਪਿੱਛੇ ਇਹ ਜਿੱਥੋਂ ਲੱਖਾਂ ਵੋਟਾਂ ਇਕੱਠੀਆਂ ਮਿਲ ਸਕਦੀਆਂ ਹੁੰਦੀਆਂ ਨੇ ਡੇਰਿਆਂ ਦੇ ਮੁਖੀਆਂ ਕੋਲ, ਜਾਂ ਹੋਰ ਜਿੱਥੋਂ ਸੈਂਕੜੇ ਕਰੋੜ ਦੇ ਫੰਡ ਮਿਲ ਸਕਦੇ ਨੇ, ਅੱਗੇ ਪਿੱਛੇ ਇਹ ਸਾਰਾ ਕੁਝ ਉਹਨਾਂ ਲਈ ਕਰਦੇ ਨੇ, ਕਿਉਂਕਿ ਉਹ ਹੀ ਇਹਨਾਂ ਨੂੰ ਅਸਲੀ ਵੋਟ ਬੈਂਕ ਲੱਗਦਾ। ਆਮ ਜਨਤਾ ਤਾਂ ਐਂ ਲੱਗਦੀ ਆ ਵੀ ਇਹਨਾਂ ਦਾ ਕੀ ਆ, ਜਦੋਂ ਮਰਜ਼ੀ ਬੁੱਧੂ ਬਣਾ ਲਾਂਗੇ, ਝੂਠ ਝਾਟ ਮਾਰ ਕੇ ਵੋਟਾਂ ਇਕੱਠੀਆਂ ਕਰ ਲਾਂਗੇ। ਤਾਂ ਹੁਣ ਜਿਵੇਂ ਇਹਨਾਂ ਦੀ ਸ਼ਿਕਾਇਤ ਕੀਤੀ ਗਈ ਹੈ ਕੈਪਟਨ ਅਮਰਿੰਦਰ, ਰਾਜਾ ਵੜਿੰਗ, ਬੀਬੀ ਭੱਠਲ ਹੋਰਾਂ ਦੀ, ਤਾਂ ਹੁਣ ਵੇਖਣਾ ਹੋਏਗਾ ਵੀ ਅਕਾਲ ਤਖ਼ਤ ਸਾਹਿਬ ਇਹਦੇ ਉੱਪਰ ਕੀ ਕਾਰਵਾਈ ਕਰਦਾ, ਕੀ ਅਮਲ 'ਚ ਲਿਆਉਂਦਾ। ਪਿਛਲੇ ਕੁਝ ਦਿਨਾਂ ਤੋਂ ਜਦੋਂ ਦਾ ਸੁਖਬੀਰ ਬਾਦਲ ਦੇ ਉੱਪਰ ਕਾਰਵਾਈ ਹੋਈ ਹੈ, ਸਾਰੀਆਂ ਪਾਰਟੀਆਂ ਦੇ ਇਹਨਾਂ ਆਗੂਆਂ ਨੇ ਕਿਹਾ ਵੀ ਸੁਖਬੀਰ ਬਾਦਲ ਮਾਫ਼ੀ ਦੀ ਗੱਲ ਕਰਦਾ, ਮਾਫ਼ੀ ਗਲਤੀਆਂ ਦੀ ਹੁੰਦੀ ਆ, ਗੁਨਾਹਾਂ ਦੀ ਨਹੀਂ। ਇਹ ਗੱਲ ਕਰਦਾ ਰਿਹਾ, ਕੌਣ ਕਰਦਾ ਰਿਹਾ? ਇਹ ਸਾਰੇ ਰਾਜੇ ਵੜਿੰਗੋਰੀ ਇਹ ਸਾਰੇ ਹੀ ਕਰਦੇ ਰਹੇ ਨੇ। ਤਾਂ ਹੁਣ ਜਦੋਂ ਸ਼ਿਕਾਇਤ ਰਾਜਾ ਵੜਿੰਗੋਰਾਂ ਦੀ ਵੀ ਹੋ ਗਈ ਆ, ਹੁਣ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਊਗਾ, ਸੱਚ ਸਾਹਮਣੇ ਆਊਗਾ ਵੀ ਕੀ ਇਹ ਵੀ ਵੋਟਾਂ ਦੇ ਲਈ ਇਹੋ ਜਿਹੇ ਹੱਥ ਕੰਡੇ ਵਰਤਦੇ ਰਹੇ ਆ ਜਾਂ ਵਰਤਦੇ ਆ ਕਿ ਨਹੀਂ ਵਰਤਦੇ। ਮੈਨੂੰ ਇਹ ਲੱਗਦਾ ਮੌਜੂਦਾ ਦੌਰ ਦੀ ਸਿਆਸਤ ਦੇ ਵਿੱਚ ਕੋਈ ਵਿਰਲਾ ਹੀ ਹੋਊਗਾ ਜਿਹੜਾ ਆਪਦੇ ਕੰਮ ਦੇ ਸਿਰ 'ਤੇ, ਆਪਦੇ ਕੀਤੇ ਕੰਮਾਂ ਨਾਲ ਵੋਟਾਂ ਲੈਂਦਾ ਹੋਊ। ਬਾਕੀ ਸਾਰੇ ਤਾਂ ਤਿੱਕੜਮ ਬਾਜ਼ੀਆਂ ਨਾਲ ਹੀ ਵੋਟਾਂ ਇਕੱਠੀਆਂ ਕਰਦੇ ਰਹੇ ਆ ਅਤੇ ਕਰ ਰਹੇ ਆ। ਸੋ ਸ਼ਿਕਾਇਤ ਦੁਬਾਰਾ ਫਿਰ ਮੈਂ ਦੱਸ ਦਿਆਂ, ਸ਼ਿਕਾਇਤ ਕੀਤੀ ਆ ਜੀ ਸਿੱਖ ਸਟੂਡੈਂਟ ਫੈਡਰੇਸ਼ਨ ਨੇ, ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪਰਮਿੰਦਰ ਸਿੰਘ ਢੀਂਗਰਾ ਐਡਵੋਕੇਟ ਨੇ। ਉਹਨਾਂ ਨੇ ਅਕਾਲ ਤਖ਼ਤ ਸਾਹਿਬ ਨੂੰ ਚਿੱਠੀ ਲਿਖ ਕੇ ਕਿਹਾ, ਉਹਨਾਂ ਨੇ ਮੰਗ ਕੀਤੀ ਆ ਵੀ 17 ਕਾਂਗਰਸੀ ਆਗੂ ਇਹ ਵੀ ਸਰਸੇ ਡੇਰੇ ਜਾਂਦੇ ਰਹੇ ਆ, ਉੱਥੇ ਮੱਥੇ ਰਗੜਦੇ ਰਹੇ ਆ, ਗੋਡੇ ਰਗੜਦੇ ਰਹੇ ਆ ਵੋਟਾਂ ਦੀ ਖਾਤਰ, ਤਾਂ ਇਹਨਾਂ ਨੇ ਵੀ ਫਿਰ ਸਿੱਖ ਮਰਿਆਦਾ ਦਾ ਉਲੰਘਣ ਕੀਤਾ।
ਇਹਨਾਂ 'ਤੇ ਵੀ ਕਾਰਵਾਈ ਹੋਵੇ। ਉਹਦੇ 'ਚ ਨਾਂ ਨੇ ਕੈਪਟਨ ਅਮਰਿੰਦਰ ਸਿੰਘ, ਰਾਜਾ ਵੜਿੰਗ, ਬੀਬੀ ਰਜਿੰਦਰ ਕੌਰ ਭੱਠਲ, ਜਿਹੜਾ ਸਾਧੂ ਸਿੰਘ ਧਰਮਸੋਤ, ਕੁਸ਼ਲਦੀਪ ਕਿੱਕੀ ਢਿੱਲੋਂ, ਜਿਹੜਾ ਦਰਸ਼ਨ ਸਿੰਘ ਬਰਾੜ ਅਤੇ ਤਮਾਮ ਮੇਨ ਆਗੂ ਜਿਹੜੇ ਕਾਂਗਰਸ ਦੇ ਰਹੇ ਆ, ਕਾਕਾ ਰਣਦੀਪ ਸਿੰਘ ਅਤੇ ਡਾਕਟਰ ਅਮਰ ਸਿੰਘ, ਗੁਰਪ੍ਰੀਤ ਸਿੰਘ ਕਾਂਗੜ, ਹਰਮਿੰਦਰ ਸਿੰਘ ਗਿੱਲ, ਜੀਤ ਮਹਿੰਦਰ ਸਿੱਧੂ, ਜਿਹੜੇ ਡਿਪਟੀ ਸਪੀਕਰ ਰਹੇ ਆ ਅਜੈਬ ਸਿੰਘ ਪੱਟੀ, ਕੇਵਲ ਸਿੰਘ ਢਿੱਲੋਂ, ਇਹਨਾਂ ਸਾਰਿਆਂ ਦੇ ਨਾਂ ਸ਼ਿਕਾਇਤ ਦਰਜ ਕਰਾਈ ਗਈ ਆ, ਮੰਗ ਕੀਤੀ ਗਈ ਆ ਕਿ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ। ਹੁਣ ਅਕਾਲ ਤਖਤ ਸਾਹਿਬ ਕੋਲ ਮਾਮਲਾ ਪਹੁੰਚ ਗਿਆ, ਹੁਣ ਅਕਾਲ ਤਖਤ ਸਾਹਿਬ ਇਹਦੇ ਉੱਪਰ ਫੈਸਲਾ ਲਵੇਗਾ, ਜਥੇਦਾਰ ਸਾਹਿਬਾਨ ਲੈਣਗੇ। ਇੱਥੇ ਮੈਂ ਨਾਲ ਇਹ ਵੀ ਦੱਸ ਦਿਆਂ ਵੀ ਸ਼ਿਕਾਇਤ ਅੱਜ ਭਗਵੰਤ ਮਾਨ ਦੀ ਵੀ ਕੀਤੀ ਗਈ ਆ, ਭਗਵੰਤ ਮਾਨ 'ਤੇ ਵੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਆ, ਉਹ ਵੀ ਅਕਾਲ ਤਖਤ ਸਾਹਿਬ ਨੂੰ ਸ਼ਿਕਾਇਤ ਕੀਤੀ ਗਈ ਆ। ਉਹ ਸ਼ਿਕਾਇਤ ਕੀਤੀ ਗਈ ਆ ਵੀ ਪਿਛਲੇ ਦਿਨੀ ਵਿਧਾਨ ਸਭਾ ਦਾ ਸੈਸ਼ਨ ਚੱਲਿਆ, ਉਹਦੇ ਵਿੱਚ ਸ਼ਰਧਾਂਜਲੀਆਂ ਦਿੱਤੀਆਂ ਗਈਆਂ, ਜਿਹੜੇ ਜਾ ਚੁੱਕੇ ਆ, ਚਲਾਣਾ ਕਰ ਚੁੱਕੇ ਆ ਉਹਨਾਂ ਕੁਝ ਵਿਅਕਤੀਆਂ ਨੂੰ, ਉਹਨਾਂ 'ਚ ਇੱਕ ਸ਼ਰਧਾਂਜਲੀ ਦਿੱਤੀ ਗਈ ਜਿਹੜਾ ਸਪੋਕਸਮੈਨ ਅਖਬਾਰ ਦਾ ਬਾਨੀ ਅਤੇ ਸਰਪ੍ਰਸਤ ਸੀ ਜੋਗਿੰਦਰ ਸਿੰਘ, ਅਤੇ ਸ਼ਿਕਾਇਤ ਕੀਤੀ ਹੈ ਕਿ ਵੇਖੋ ਜਿਹੜਾ ਉਹ ਜੋਗਿੰਦਰ ਸਿੰਘ ਹੈ ਉਹਦੇ ਬਾਰੇ ਸ਼ਿਕਾਇਤ ਇਹ ਕੀਤੀ ਗਈ ਹੈ ਕਿ ਉਹ ਤਾਂ ਪੰਥ 'ਚੋਂ ਛੇਕਿਆ ਹੋਇਆ ਸੀ ਅਕਾਲ ਤਖਤ ਸਾਹਿਬ ਨੇ, ਅਤੇ ਪੰਥ 'ਚੋਂ ਛੇਕੇ ਵਿਅਕਤੀ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ, ਇਸ ਕਰਕੇ ਸ਼ਿਕਾਇਤ ਕੀਤੀ ਹੈ ਗੁਰਨਾਮ ਸਿੰਘ ਸੈਦਾ ਰੋਹੇਲਾ ਨੇ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਜਿੰਨੇ ਵੀ ਵਿਧਾਨ ਸਭਾ ਦੇ ਮੈਂਬਰ ਨੇ, ਅਕਾਲ ਤਖਤ ਸਾਹਿਬ ਉਹਨਾਂ 'ਤੇ ਕਾਰਵਾਈ ਕਰੇ, ਕਿਉਂਕਿ ਪੰਥ 'ਚੋਂ ਛੇਕੇ ਵਿਅਕਤੀ ਨੂੰ ਇਹ ਸ਼ਰਧਾਂਜਲੀਆਂ ਦੇ ਰਹੇ ਆ, ਇਹ ਮੰਗ ਕੀਤੀ ਗਈ ਆ। ਮੰਗ ਕਰਨ ਵਾਲੇ ਗੁਰਨਾਮ ਸਿੰਘ ਸੈਦਾ ਰੋਹੇਲਾ ਨੇ ਇਹ ਵੀ ਕਿਹਾ ਕਿ ਭਗਵੰਤ ਸਿੰਘ ਮਾਨ, ਭਗਵੰਤ ਮਾਨ ਦਾ ਪੂਰਾ ਨਾਂ, ਅਤੇ ਸਿੰਘ ਉਹ ਆਪਦੇ ਨਾਂ ਦੇ ਨਾਲ ਵੈਸੇ ਹੀ ਨਹੀਂ ਲਾਉਂਦਾ, ਅਤੇ ਪਰ ਆਪਣੇ ਆਪ ਨੂੰ ਇਹ ਸਾਰੇ ਸਿੱਖ ਪਰਿਵਾਰਾਂ 'ਚੋਂ ਕਹਾਉਂਦੇ ਨੇ। ਉੱਥੇ ਉਹ ਕਹਿੰਦੇ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸੀ, ਜਿਹੜੇ ਕਲਤਾਰ ਸਿੰਘ ਸੰਧਵਾ ਵੀ ਮਨਜੂਰ ਹਾਜ਼ਰ ਸੀਗੇ, ਸਪੀਕਰ ਸਾਹਿਬ ਉਹਨਾਂ ਨੇ ਅੰਮ੍ਰਿਤ ਵੀ ਛਕਿਆ ਹੋਇਆ, ਅਤੇ ਫਿਰ ਵੀ ਕਹਿੰਦੇ ਉਹਨਾਂ ਨੇ ਸ਼ਰਧਾਂਜਲੀ ਦਿੱਤੀ ਹੈ। ਹੁਣ ਦੇਖੋ ਇਸ ਮਸਲੇ 'ਤੇ ਤੁਹਾਡਾ ਕੀ ਵਿਚਾਰ ਹੈ, ਆਪਣਾ ਵਿਚਾਰ ਲਿਖਿਓ। ਮੈਂ ਇਹਦੇ ਉੱਪਰ ਕੋਈ ਖਾਸ ਟਿੱਪਣੀ ਨਹੀਂ ਕਰਾਂਗਾ, ਕਿਉਂਕਿ ਇਹਦੇ 'ਤੇ ਮੇਰੀ ਅਜੇ ਕੋਈ ਬਹੁਤੀ ਸਟੱਡੀ ਨਹੀਂ ਹੈ। ਤੁਹਾਨੂੰ ਕੀ ਲੱਗਦਾ, ਆਪਣਾ ਵਿਚਾਰ ਲਿਖਿਓ। ਬਹੁਤ ਮਿਹਰਬਾਨੀ।